ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਖਡੂਰ ਸਾਹਿਬ ਦੇ ਅਰਥੀ ਮੱਥੇ ਟੇਕ ਕਰਨਾ ਚਾਹੁੰਦਾ ਹੈ। ਅੱਜ ਸਾਡੀ ਟੀਮ ਮੱਲਾਂਵਾਲਾ ਦੇ ਪਿੰਡਾਂ ਵਿੱਚ ਜੋ ਭਾਈ ਅੰਮ੍ਰਿਤਪਾਲ ਸਕੂਲ ਵਿੱਚ ਪ੍ਰਚਾਰ ਕਰ ਰਹੀ ਸੀ, ਆਈਟਮ ਅਸੀਂ ਪਹੁੰਚੇ ਹਾਂ ਭਾਈ ਨਰੇਸ਼ ਕੁਮਾਰ ਤੋਂ ਨਰੇਸ਼ ਸਿੰਘ ਬਣਿਆ, ਜਿਹੜਾ ਬੜੀ ਵੱਡੀ ਇਹਨਾਂ ਦੇ ਮਾਂ ਨੇ ਬਖਸ਼ ਕੀਤੀ ਹੈ। ਨਰੇਸ਼ ਕੁਮਾਰ ਤੋਂ ਹਿਮਾਚਲ ਦੇ ਰਹਿਣ ਵਾਲਾ, ਜਦੋਂ ਮਾਂ ਨੇ ਬੜੀ ਮਾਣ ਕਿਰਪਾ ਕੀਤੀ ਅਤੇ ਇਹਨਾਂ ਨੇ ਇਤਿਹਾਸ ਪੜ੍ਹਿਆ, ਬਾਣੀ ਪੜ੍ਹੀ, ਗੁਰੂ ਦਾ ਇਤਿਹਾਸ ਪੜ੍ਹਿਆ ਅਤੇ ਨਰੇਸ਼ ਕੁਮਾਰ ਤੋਂ ਨਰੇਸ਼ ਸਿੰਘ ਬਣ ਗਏ ਅਤੇ ਅੱਜ ਇਹ ਆਪਣੇ ਇਲਾਕੇ ਵਿੱਚ ਅੰਮ੍ਰਿਤਪਾਲ ਸਿੰਘ ਸਪੋਰਟ ਵੱਡੇ ਪੱਧਰ 'ਤੇ ਕਰ ਰਹੇ ਹੈ। ਅਤੇ ਦੂਜੀ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਕਿ ਆਪਾਂ ਕਿਉਂ ਸੁੱਤੇ ਪਏ ਹਾਂ? ਅੱਜ ਮੇਰੇ ਨਾਲ ਵੀਰ ਮੇਰੇ ਬੈਠੇ ਹੈ, ਇਹ ਸੰਗਰੂਰ ਤੋਂ ਆਏ ਜੀ, ਭੈਣਾਂ ਮੇਰੀਆਂ ਦੋ ਸੰਗਰੂਰ ਤੋਂ ਆਈਆਂ ਨੇ, ਕਿੱਡੀ ਦੂਰੋਂ ਆਣ ਕੇ ਮੱਲਾਂ ਲਿਆ ਕੇ ਪ੍ਰਚਾਰ ਕਰ ਰਹੇ ਹੈ, ਅਸੀਂ ਸੁੱਤੇ ਘਰਾਂ ਆਰਾਮ ਨਾਲ। ਇਸ ਵਾਸਤੇ ਜੇ ਇਹਨਾਂ ਨੂੰ ਸਿੱਖੀ ਪਿਆਰੀ ਹੈ, ਇਹਨਾਂ ਨੂੰ ਪੰਥ ਪਿਆਰਾ, ਸਾਨੂੰ ਕਿਉਂ ਨਹੀਂ ਪਿਆਰਾ? ਆਪਣੇ ਘਰਾਂ 'ਚੋਂ ਨਿਕਲੋ, ਘਰਾਂ 'ਚੋਂ ਨਿਕਲ ਕੇ ਅਤੇ ਘਰ ਘਰ ਜਾ ਕੇ ਵੋਟਾਂ ਮੰਗੋ। ਜਿੰਨੀਆਂ ਵੱਧ ਵੋਟਾਂ ਪਵਾ ਦੋਗੇ ਉਨੀਆਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਬਾਅਦ ਖੁਸ਼ੀਆਂ ਤੁਹਾਨੂੰ ਮਿਲ ਜਾਣਗੀਆਂ ਤੁਹਾਨੂੰ। ਇਹ ਪੰਥ ਦੀ ਸੇਵਾ ਬਣ ਗਈ ਜੀ, ਹੁਣ ਤਗੜੇ ਹੋ ਕੇ ਚਾਰਾਂ ਮਾਰੋ, ਡਿਊਟੀਆਂ ਸੰਭਾਲੋ ਆਪੋ ਆਪਣੀਆਂ ਅਤੇ ਘਰਾਂ ਘਰਾਂ ਜਾ ਕੇ ਦੋ ਦਿਨ ਤਿੰਨ ਰਹਿ ਗਏ ਸਿਰਫ, ਚੰਗੀ ਪੱਧਰ 'ਤੇ ਕੰਮ ਕਰੋ ਸਾਰੇ, ਜਿਵੇਂ ਮੇਰੀ ਅਪੀਲ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ। ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, 1 ਜੂਨ ਦਾ ਦਿਨ ਨੇੜੇ ਆ ਰਿਹਾ, ਉਵੇਂ ਉਵੇਂ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਅੰਮ੍ਰਿਤਪਾਲ ਸਿੰਘ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਅਤੇ ਹੁਣ ਹਿੰਦੂ ਭਾਈਚਾਰੇ ਦੇ ਲੋਕ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਡਟ ਗਏ ਨੇ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਆਲੇ ਦੁਆਲੇ ਜੋ ਚਿੱਟੇ ਦੇ ਨਾਲ ਹਰ ਰੋਜ਼ ਮੌਤਾਂ ਹੋ ਰਹੀਆਂ ਨੇ ਉਹ ਉਹਨਾਂ ਤੋਂ ਨਹੀਂ ਦੇਖ ਹੁੰਦੀਆਂ, ਇਸ ਕਰਕੇ ਉਹ ਇੱਕ ਮੌਕਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਦੇਣਾ ਚਾਹੁੰਦੇ ਨੇ। ਤੁਹਾਡਾ ਇਸ ਬਾਰੇ ਕੀ ਸੋਚਣਾ, ਕੀ ਉਹਨਾਂ ਦੀ ਗੱਲ ਸਹੀ ਹੈ ਜਾਂ ਫਿਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ, ਜ਼ਰੂਰ ਕਮੈਂਟ ਕਰਕੇ ਦੱਸਿਓ। ਅਤੇ ਇੱਕ ਹਿੰਦੂ ਪਰਿਵਾਰ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਸਪੋਰਟ ਤਾਂ ਕੀਤੀ ਹੀ ਗਈ, ਨਾਲ ਹੀ ਇਹਨਾਂ ਵੀਰਾਂ ਵੱਲੋਂ ਪਹੁੰਚਾਉਣ ਪ੍ਰਚਾਰ ਵੀ ਕੀਤਾ ਜਾ ਰਿਹਾ। ਆਪ ਤੁਹਾਨੂੰ ਲੈ ਚੱਲਦੇ ਵਾਇਰਲ ਹੋ ਰਹੀ ਇਸ ਵੀਡੀਓ ਕਲਿੱਪ ਵੱਲ, ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਨਲਿਮਟਡ ਗਿਆਨ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅੱਜ ਸਾਡੀ ਟੀਮ ਮੱਲਾਂਵਾਲਾ ਦੇ ਪਿੰਡਾਂ ਵਿੱਚ ਜੋ ਭਾਈ ਅੰਮ੍ਰਿਤਪਾਲ ਸਕੂਲ ਵਿੱਚ ਪ੍ਰਚਾਰ ਕਰ ਰਹੀ ਸੀ, ਆਈਟਮ ਅਸੀਂ ਪਹੁੰਚੇ ਹਾਂ ਭਾਈ ਨਰੇਸ਼ ਕੁਮਾਰ ਤੋਂ ਨਰੇਸ਼ ਸਿੰਘ ਬਣਿਆ, ਜਿਹੜਾ ਬੜੀ ਵੱਡੀ ਇਹਨਾਂ ਦੇ ਮਾਂ ਨੇ ਬਖਸ਼ ਕੀਤੀ ਹੈ। ਨਰੇਸ਼ ਕੁਮਾਰ ਤੋਂ ਹਿਮਾਚਲ ਦੇ ਰਹਿਣ ਵਾਲਾ, ਜਦੋਂ ਮਾਂ ਨੇ ਬੜੀ ਮਾਣ ਕਿਰਪਾ ਕੀਤੀ ਅਤੇ ਇਹਨਾਂ ਨੇ ਇਤਿਹਾਸ ਪੜ੍ਹਿਆ, ਬਾਣੀ ਪੜ੍ਹੀ, ਗੁਰੂ ਦਾ ਇਤਿਹਾਸ ਪੜ੍ਹਿਆ ਅਤੇ ਨਰੇਸ਼ ਕੁਮਾਰ ਤੋਂ ਨਰੇਸ਼ ਸਿੰਘ ਬਣ ਗਏ ਅਤੇ ਅੱਜ ਇਹ ਆਪਣੇ ਇਲਾਕੇ ਵਿੱਚ ਅੰਮ੍ਰਿਤਪਾਲ ਸਿੰਘ ਸਪੋਰਟ ਵੱਡੇ ਪੱਧਰ 'ਤੇ ਕਰ ਰਹੇ ਹੈ। ਅਤੇ ਦੂਜੀ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਕਿ ਆਪਾਂ ਕਿਉਂ ਸੁੱਤੇ ਪਏ ਹਾਂ? ਅੱਜ ਮੇਰੇ ਨਾਲ ਵੀਰ ਮੇਰੇ ਬੈਠੇ ਹੈ, ਇਹ ਸੰਗਰੂਰ ਤੋਂ ਆਏ ਜੀ, ਭੈਣਾਂ ਮੇਰੀਆਂ ਦੋ ਸੰਗਰੂਰ ਤੋਂ ਆਈਆਂ ਨੇ, ਕਿੱਡੀ ਦੂਰੋਂ ਆਣ ਕੇ ਮੱਲਾਂ ਲਿਆ ਕੇ ਪ੍ਰਚਾਰ ਕਰ ਰਹੇ ਹੈ, ਅਸੀਂ ਸੁੱਤੇ ਘਰਾਂ ਆਰਾਮ ਨਾਲ। ਇਸ ਵਾਸਤੇ ਜੇ ਇਹਨਾਂ ਨੂੰ ਸਿੱਖੀ ਪਿਆਰੀ ਹੈ, ਇਹਨਾਂ ਨੂੰ ਪੰਥ ਪਿਆਰਾ, ਸਾਨੂੰ ਕਿਉਂ ਨਹੀਂ ਪਿਆਰਾ? ਆਪਣੇ ਘਰਾਂ 'ਚੋਂ ਨਿਕਲੋ, ਘਰਾਂ 'ਚੋਂ ਨਿਕਲ ਕੇ ਅਤੇ ਘਰ ਘਰ ਜਾ ਕੇ ਵੋਟਾਂ ਮੰਗੋ। ਜਿੰਨੀਆਂ ਵੱਧ ਵੋਟਾਂ ਪਵਾ ਦੋਗੇ ਉਨੀਆਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਬਾਅਦ ਖੁਸ਼ੀਆਂ ਤੁਹਾਨੂੰ ਮਿਲ ਜਾਣਗੀਆਂ ਤੁਹਾਨੂੰ। ਇਹ ਪੰਥ ਦੀ ਸੇਵਾ ਬਣ ਗਈ ਜੀ, ਹੁਣ ਤਗੜੇ ਹੋ ਕੇ ਚਾਰਾਂ ਮਾਰੋ, ਡਿਊਟੀਆਂ ਸੰਭਾਲੋ ਆਪੋ ਆਪਣੀਆਂ ਅਤੇ ਘਰਾਂ ਘਰਾਂ ਜਾ ਕੇ ਦੋ ਦਿਨ ਤਿੰਨ ਰਹਿ ਗਏ ਸਿਰਫ, ਚੰਗੀ ਪੱਧਰ 'ਤੇ ਕੰਮ ਕਰੋ ਸਾਰੇ, ਜਿਵੇਂ ਮੇਰੀ ਅਪੀਲ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ।